ਪਹਿਲਾ ਜਥਾ ਗਿਆ ਸ਼ਹੀਦ ਹੋ ਗਿਆ, ਦੂਜਾ ਜਥਾ ਗਿਆ ਸ਼ਹੀਦ ਹੋ ਗਿਆ, ਤੀਜਾ ਜਥਾ ਚੱਲਿਆ। ਬਾਬਾ ਅਜੀਤ ਸਿੰਘ ਸਾਹਿਬ ਆ ਗਏ, ਮਹਾਰਾਜ ਮੈਨੂੰ ਜੰਗ 'ਚ ਜਾਣ ਦੀ ਆਗਿਆ ਦੇ ਦਿਓ। ਕਲਗੀਆਂ ਵਾਲੇ ਬੜੇ ਖੁਸ਼ ਹੋਏ, ਕਿਤੇ ਅਜੀਤ ਸਿੰਘ ਆਪੇ ਚੱਲ ਕੇ ਆਇਆ, ਭੰਗਾਣੀ ਦਾ ਜੰਗ ਫਤਿਹ ਕੀਤਾ, ਤੂੰ ਜਨਮ ਹੋਇਆ ਤੇਰਾ, ਮੈਂ ਮੁੜ ਕੇ ਆਇਆ ਤੇ ਆਉਂਦਿਆਂ ਨੂੰ ਤੇਰਾ ਜਨਮ ਹੋਇਆ, ਮੈਨੂੰ ਦਿੱਤੀ ਵਧਾਈ। ਕਹਿੰਦੇ ਮਹਾਰਾਜ ਘਰ ਵਿੱਚ ਬੱਚੇ ਦਾ ਜਨਮ ਹੋਇਆ ਨਾਂ ਰੱਖ ਦਿਓ। ਮਹਾਰਾਜ ਕਹਿੰਦੇ ਮੈਂ ਆਖਿਆ ਮੈਂ ਪਹਿਲੀ ਲੜਾਈ ਲੜੀ, ਜੰਗ ਜਿੱਤ ਕੇ ਆਇਆ, ਜਿੱਤ ਹੋਈ ਹੈ, ਜੀਤ ਹੋਈ ਹੈ, ਇਸ ਕਰਕੇ ਇਹਦਾ ਨਾਂ ਅਜੀਤ ਸਿੰਘ ਰੱਖ ਦਿਓ ਜਿਹਨੂੰ ਕੋਈ ਜਿੱਤ ਨਾ ਸਕੇ। ਮਹਾਰਾਜ ਕਹਿੰਦੇ ਤੇਰਾ ਨਾਂ ਰੱਖਿਆ ਅਜੀਤ। ਕਹਿੰਦੇ ਜੀ ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ, ਮੈਂ ਜਿੱਤਿਆ ਨਹੀਂ।